ਇੱਕ ਬੰਦੇ ਨੇ ਨਾ ਰੱਬ ਦੀ ਬੰਦਗੀ ਬੜੀ ਕੀਤੀ ਤੇ ਖੁਸ਼ ਹੋ ਕੇ ਰੱਬ ਪ੍ਰਗਟ ਹੋਇਆ ਉਹਦੇ ਸਾਹਮਣੇ ਰੱਬ ਕਹਿੰਦਾ ਮੰਗ ਕੀ ਮੰਗਣਾ ਕਹਿੰਦਾ ਰੱਬਾ ਜਿਆਦਾ ਖੁਆਇਸ਼ਾਂ ਤਾਂ ਨਹੀਂ ਆ ਇੱਕ ਘਰ ਹੋਵੇ ਤੇ ਇੱਕ ਐਸਾ ਕੋਈ ਬਰਤਨ ਜਾਂ ਕੋਈ ਚੀਜ਼ ਦੇ ਵੀ ਜਮੈਂ ਜੋ ਵੀ ਮੰਗਾ ਖਾਣ ਵਾਸਤੇ ਮੇਰੇ ਸਾਹਮਣੇ ਬਣ ਕੇ ਤੇ ਪੇਸ਼ ਹੋ ਜਾ ਰੱਬ ਨੇ ਇੱਕ ਬਰਤਨ ਦੇ ਦਿੱਤਾ ਕਹਿੰਦਾ ਜੋ ਵੀ ਮੰਗੇਗਾ ਬਣ ਕੇ ਤੇ ਤੇਰੇ ਸਾਹਮਣੇ ਪੇਸ਼ ਹੋ ਜਾਊਗਾ ਤੇ ਉਹ ਜੀਵਨ ਗੁਜ਼ਰ ਕਰਦਾ ਰਿਹਾ ਬਸਰ ਕਰਦਾ ਰਿਹਾ ਆਪਣਾ ਤੇ ਕੋਸ ਸਮੇਂ ਬਾਅਦ ਉਹਦੇ ਘਰ ਰਿਸ਼ਤੇਦਾਰ ਆਏ ਤੇ ਗੱਲਾਂ ਬਾਤਾਂ ਕਰਦਾ ਰਿਹਾ ਰਿਸ਼ਤੇਦਾਰਾਂ ਨਾਲ ਤੇ ਰਿਸ਼ਤੇਦਾਰ ਕਹਿੰਦੇ ਕੋਹ ਬਣਾ ਕੇ ਲੈ ਆਵਾ ਕੋਹ ਖਾਈਏ ਪੀਏ ਜੋ ਵੀ ਤਰ ਕੋ ਹੈਗਾ ਵਾ ਕਹਿੰਦਾ ਦੱਸੋ ਕੀ ਖਾਣਾ ਕਹਿੰਦੇ ਜੋ ਮਰਜ਼ੀ ਲੈ ਆਵਾ ਕਹਿੰਦਾ ਨਹੀਂ ਫਿਰ ਵੀ ਦੱਸੋ ਉਹ ਕਹਿੰਦੇ ਵੀ ਬੱਕਰਾ ਲੈ ਆਵਾ ਬਰੀਆਨੀ ਲੈ ਆਵਾ ਨਾਨ ਲੈ ਆਵਾ ਦਾਲ ਲੈ ਆਵਾ ਤਾਂ ਤੁਸੀਂ ਦੱਸਤੀਆਂ ਤੇ ਉਹ ਰਸੋਈ ਚ ਗਿਆ ਉਹ ਬਰਤਨ ਲਾ ਕੇ ਜਾ ਕੇ ਮੰਗਿਆ ਤੇ ਸਭ ਕੁਝ ਦੇ ਸਾਹਮਣੇ ਬਣ ਕੇ ਪੇਸ਼ ਹੋ ਗਿਆ ਤੇ ਉਹਨੇ ਰਿਸ਼ਤੇਦਾਰਾਂ ਦੇ ਅੱਗੇ ਰੱਖਤਾ ਰਿਸ਼ਤੇਦਾਰ ਬੜੇ ਹੈਰਾਨ ਹੋਏ ਕਿ ਪੰਜਾ ਸੱਤਾ ਮਿੰਟਾਂ ਚ ਨੇ ਸਭ ਕੁਝ ਬਣਾ ਕੇ ਸਾਡੇ ਘੜੀ ਪੇਸ਼ ਕਰਤਾ ਵਾ ਤੇ ਉਹਨੂੰ ਪੁੱਛਣ ਲੱਗੇ ਕਿ ਕਿਵੇਂ ਕੀਤਾ ਹੈ ਪਹਿਲਾਂ ਤਾਂ ਦੱਸੇ ਨਾ ਫਿਰ ਜਦੋਂ ਜੋਰ ਪਾਇਆ ਤਾਂ ਫਿਰ ਉਹਨੂੰ ਦੱਸਿਆ ਕਿ ਮੈਂ ਰੱਬ ਦੀ ਬੰਦਗੀ ਬੜੀ ਕੀਤੀ ਸੀ ਤੇ ਰੱਬ ਨੇ ਖੁਸ਼ ਹੋ ਕੇ ਮੈਨੂੰ ਵਰਦਾਨ ਦਿੱਤਾ ਵਾ ਤੇ ਮੈਨੂੰ ਬਰਤਨ ਦਿੱਤਾ ਵਾ ਕਿ ਜੋ ਵੀ ਮੈਂ ਮੰਗਦਾ ਵਾਂ ਉਹ ਚ ਬਣ ਕੇ ਪੇਸ਼ ਹੋ ਜਾਂਦਾ ਉਹ ਰਿਸ਼ਤੇਦਾਰ ਖਾ ਕੇ ਘਰ ਗਏ ਤੇ ਉਹਨੇ ਰਿਸ਼ਤੇਦਾਰ ਨੇ ਉ ਜਾ ਕੇ ਭਗਤੀ ਕਰਨੀ ਸ਼ੁਰੂ ਕਰਤੀ। ਕੋ ਸਮੇਂ ਬਾਅਦ ਕੋਸ਼ ਹੋ ਕੇ ਰੱਬ ਪ੍ਰਗਟ ਹੋਇਆ ਰੱਬ ਕਹਿੰਦਾ ਹਮ ਮੰਗ ਕੀ ਮੰਗਦਾ ਤੂੰ। ਉਹ ਕਹਿੰਦਾ ਰੱਬਾ ਮੈਂ ਤਾਂ ਕੋਹ ਮੰਗਦਾ ਨਹੀਂ ਆ ਜੋ ਮੇਰੇ ਰਿਸ਼ਤੇਦਾਰ ਨੇ ਦਿੱਤਾ ਨਾ ਸਭ ਕੁ ਖੋਲਾ। ਵੀ ਉਹ ਹਾਲ ਆ ਵੀ ਹੱਡੇ ਚ ਅਸੀਂ ਆਪਣੀ ਤਰੱਕੀ ਦਾ ਨਹੀਂ ਉਹਨਾਂ ਸੋਚਦੇ ਜਿੰਨਾ ਆਪਣਿਆਂ ਦੇ ਮਤਲਬ ਕਿ ਬਰਬਾਦੀ ਦਾ ਸੋਚਦੇ ਆ। ਜੇ ਅਗਲਾ ਤਰੱਕੀ ਕਰ ਗਿਆ ਉਹ ਤੋਂ ਖੁਸ਼ ਹੋਣ ਤੋਂ ਬਾਅਦ ਅਸੀਂ ਵੀ ਮਤਲਬ ਕਿ ਉਹ ਤਾਂ ਸਾਖਤ ਹੋ ਕੇ ਜੇ ਆਪਣੀ ਤਰੱਕੀ ਕਰੀਏ ਤੇ ਵਧੀਆ ਵਾ ਜੇ ਕਿਸੇ ਦੇ ਜਾੜੇ ਦੀ ਸੋਚਣ ਨਾਲ ਤੇ ਬਹੁਤਾਂਤ ਲੋਕਾਂ ਦਾ ਇਹੋ ਹਾਲ ਆਪ ਤਰੱਕੀ ਕਰਨ ਦੇ ਨਹੀਂ ਸੋਚਣਾ ਬਸ ਅਗਲੇ ਨੂੰ ਮਾਰਨਾ ਕਿਦਾਂ ਇਹ ਜ਼ਿਆਦਾ ਸੋਚਦੇ ਆ ਕਰਕੇ ਸਾਨੂੰ ਆਪਣੀ ਤਰੱਕੀ ਜਿਹੜਾ ਜੋਰ ਅਸੀਂ ਲਾਉਣੀ ਹੈ ਕਿਸੇ ਦੇ ਮਤਲਬ ਕਿ ਬਰਬਾਦੀ ਵੱਲ ਉਹ ਆਪਣੀ ਤਰੱਕੀ ਵੱਲ ਲਾਉਣਾ ਚਾਹੀਦਾ ਵਾ